ਵੇਖੋ ਜਗ ਦੇ ਰੌਣਕ ਮੇਲੇ ਵੇਖੋ ਜਗ ਦੇ ਰੌਣਕ ਮੇਲੇ ਕੁਝ ਖੇਡਣ ਆਉਂਦੇ ਕੁਝ ਖੇਡ ਕੇ ਜਾਂਦੇ ਭੰਗੜੇ ਖੁਸ਼ੀਆਂ ਦੇ ਉਹ ਪਾਉਂਦੇ ਭੰਗੜੇ ਖੁਸ਼ੀਆਂ ਦੇ ਉਹ ਪਾਉਂਦੇ ਜੋ ਮੌਜਾਂ ਵਿੱਚ ਝੂਮ ਕੇ ਗਾਉਂਦੇ ਖੁਸ਼ੀਆਂ ਖੇੜੇ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਓਮ ਸ਼ਾਂਤੀ ਇੱਕ ਵਾਰ ਫਿਰ ਸਵਾਗਤ ਕਰਦੀ ਹਾਂ ਸਾਡੇ ਅੱਜ ਦੇ ਪ੍ਰੋਗਰਾਮ ਖੁਸ਼ੀਆਂ ਖੇੜੇ ਸਾਡੇ ਵਿਹੜੇ ਦੋਸਤੋ ਇੱਕ ਚੀਜ਼ ਜੋ ਸਾਡੇ ਸਮਾਜ 'ਚ ਬਹੁਤ ਜ਼ਿਆਦਾ ਵੱਧਦੀ ਜਾ ਰਹੀ ਹੈ ਉਹ ਹੈ ਅਪਵਿੱਤਰਤਾ ਭਲੇ ਉਹ ਤਨ ਦੀ ਅਪਵਿੱਤਰਤਾ ਹੋਵੇ ਮਨ ਦੀ ਹੋਵੇ ਜਾਂ ਫਿਰ ਤਨ ਦੀ ਹੋਵੇ ਅੱਜ ਅਸੀਂ ਗੱਲ ਕਰਾਂਗੇ ਇਸੇ ਅਪਵਿੱਤਰਤਾ ਬਾਰੇ ਅਤੇ ਕਿਉਂ ਸਾਡੀ ਜ਼ਿੰਦਗੀ 'ਚ ਪਵਿੱਤਰਤਾ ਜ਼ਰੂਰੀ ਹੈ ਔਰ ਇਹਦੇ ਕੀ ਫਾਇਦੇ ਹੈ ਸਾਡੇ ਨਾਲ ਨੇ ਅੱਜ ਸਾਹਿਲ ਭਾਈ ਸਾਹਿਬ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਸਾਡੇ ਪ੍ਰੋਗਰਾਮ 'ਚ ਓਮ ਸ਼ਾਂਤੀ ਓਮ ਸ਼ਾਂਤੀ ਜਿੱਦਾਂ ਆਪਾਂ ਗੱਲ ਕੀਤੀ ਸੀ ਪਿਛਲੀ ਕੜੀ 'ਚ ਕਿ ਪਵਿੱਤਰਤਾ ਜੋ ਹੈ ਮਨ ਦੀ ਪਵਿੱਤਰਤਾ ਇਹ ਕਿੰਨੀ ਜ਼ਿਆਦਾ ਇੰਪੋਰਟੈਂਟ ਹੁੰਦੀ ਹੈ ਸਾਡੀ ਆਮ ਲਾਈਫ 'ਚ ਵੀ ਇਹਦਾ ਬਹੁਤ ਜ਼ਿਆਦਾ ਮਹੱਤਵ ਮੰਨਿਆ ਗਿਆ ਹੈ ਔਰ ਸਭ ਤੋਂ ਜ਼ਿਆਦਾ ਜੋ ਮਹੱਤਵ ਇਹਦਾ ਮੰਨਿਆ ਗਿਆ ਹੈ ਉਹ ਹੈ ਸਾਡੇ ਸ਼ਾਸਤਰਾਂ 'ਚ ਅਤੇ ਮੈਂ ਪੁੱਛਣਾ ਚਾਹੁੰਦੀ ਹਾਂ ਕਿ ਜੋ ਸਾਡੇ ਸ਼ਾਸਤਰ ਨੇ ਔਰ ਜੋ ਵੀ ਉਪਨਿਆਸ ਲਿਖੇ ਗਏ ਨੇ ਇਹਦੇ ਉੱਪਰ ਉਹਦੇ 'ਚ ਪਵਿੱਤਰਤਾ ਨੂੰ ਕਿੱਥੋਂ ਤੱਕ ਮਾਨਤਾ ਦਿੱਤੀ ਗਈ ਹੈ ਦੇਖੋ ਜਿੰਜ ਜੇ ਅਸੀਂ ਗੀਤਾ ਦਾ ਉਦਾਹਰਣ ਲਈਏ ਗੀਤਾ ਵਿੱਚ ਕਹਿੰਦੇ ਹੈ ਕਿ ਕਾਮ ਮਹਾਂਸ਼ਤਰੂ ਹੈ ਬਾਰ ਬਾਰ ਕਹਿ ਕਿ ਸਾਡਾ ਸਭ ਤੋਂ ਵੱਡਾ ਸ਼ਤਰੂ ਇਹੀ ਹੈ ਐਂਡ ਸਾਡੇ ਸ਼ਾਸਤਰ ਵੀ ਕਹਿੰਦੇ ਹੈ ਕਿ ਜਿੰਜ ਦੇਵਤਾਵਾਂ ਨੇ ਕਾਮ ਵਿਕਾਰ ਤੇ ਵਿਜੇ ਪਾ ਕੇ ਦੁਨੀਆਂ ਤੇ ਵਿਜੇ ਪਾ ਲਈ ਵਿਸ਼ਵ ਤੇ ਵਿਜੇ ਪਾ ਲਈ ਤੇ ਇਹਨਾਂ ਵਿੱਚ ਇੰਜ ਵੀ ਮਹਾਂਵਾਕ ਦਿੱਤੇ ਹੈ ਕਿ ਮਨ ਜੀਤੇ ਜਗਤ ਜੀਤ ਸੋ ਬੇਸਿਕਲੀ ਮਤਲਬ ਇਹ ਹੈਗਾ ਕਿ ਜੋ ਇਨਸਾਨ ਕਾਮ ਵਿਕਾਰ ਤੇ ਵਿਜੇ ਪਾਉਂਦਾ ਹੈ ਉਹ ਆਪਣੇ ਮਨ ਤੇ ਵਿਜੇ ਪਾ ਲੈਂਦਾ ਐਂਡ ਸਾਡੇ ਮਨ ਦੇ ਨਾਲ ਸਾਡੇ ਸੰਕਲਪਾਂ ਨਾਲ ਹੀ ਅਸੀਂ ਇਸ ਸ੍ਰਿਸ਼ਟੀ ਨੂੰ ਰਚਦੇ ਹਾਂ ਜਿਹੋ ਜਿਹਾ ਅਸੀਂ ਸੰਕਲਪ ਕਰਦੇ ਹਾਂ ਉਹੋ ਜਿਹਾ ਜੀਵਨ ਬਣੀ ਜਾਂਦਾ ਸੋ ਇਹ ਬਹੁਤ ਜ਼ਿਆਦਾ ਸਿਗਨੀਫਿਕੈਂਸ ਹਰ ਸ਼ਾਸਤਰ ਵਿੱਚ ਇਹਦੇ ਵਿੱਚ ਦਿੱਤੀ ਗਈ ਹੈ ਭਾਵੇਂ ਤੁਸੀਂ ਗੁਰੂ ਗ੍ਰੰਥ ਸਾਹਿਬ ਲੈ ਲਓ ਗੀਤਾ ਲੈ ਲਓ ਉਪਨਿਸ਼ਦ ਲੈ ਲਓ ਵੇਦ ਸ਼ਾਸਤਰ ਲੈ ਲਓ ਸੋ ਬਹੁਤ ਹੀ ਕਹਿੰਦੀ ਇੰਪੋਰਟੈਂਸ ਦਿੱਤੀ ਗਈ ਹੈ ਮਤਲਬ ਸ਼ਾਸਤਰਾਂ ਦੇ ਹਿਸਾਬ ਨਾਲ ਵੀ ਤੁਸੀਂ ਕਹਿੰਦੇ ਹੋ ਕਿ ਪਵਿੱਤਰਤਾ ਜੋ ਹੈ ਭਲੇ ਉਹ ਤਨ ਦੀ ਹੋਵੇ ਜਾਂ ਮਨ ਦੀ ਉਹਨੂੰ ਫੋਲੋ ਕਰਨਾ ਚਾਹੀਦਾ ਇਹਦੇ ਉੱਪਰ ਇੱਕ ਬਹੁਤ ਹੀ ਵੱਡਾ ਸਵਾਲ ਖੜਾ ਹੁੰਦਾ ਹੈ ਉਹ ਆਉਂਦਾ ਹੈ ਸਾਡੇ ਵਿਆਹ ਸ਼ਾਦੀਆਂ ਦਾ ਜੋ ਕਿ ਬਹੁਤ ਹੀ ਆਮ ਹੈ ਇੱਕ ਪ੍ਰਥਾ ਬਣ ਚੁੱਕੀ ਹੈ ਜੋ ਕਿ ਯੁਗੋ ਯੁਗ ਪੁਰਾਣੀ ਚੱਲਦੀ ਆ ਰਹੀ ਹੈ ਇਹ ਪ੍ਰਥਾ ਅਤੇ ਤੁਹਾਡੇ ਦੇ ਮੁਤਾਬਿਕ ਕਹਿਣ ਦੇ ਮੁਤਾਬਿਕ ਔਰ ਸ਼ਾਸਤਰਾਂ ਦੇ ਮੁਤਾਬਿਕ ਫਿਰ ਤਾਂ ਸਾਨੂੰ ਵਿਆਹ ਵੀ ਨਹੀਂ ਕਰਾਉਣਾ ਚਾਹੀਦਾ ਐਕਚੁਅਲੀ ਵਿਆਹ ਦੀ ਜਿਹੜੀ ਰਸਮ ਹੈ ਇਹ ਸ਼ੁਰੂਆਤ ਤੋਂ ਹੋਈ ਹੈ ਜੇ ਅਸੀਂ ਸਤਯੁਗ ਤੋਂ ਲਈਏ ਦੇਵੀ ਦੇਵਤਾਵਾਂ ਨੂੰ ਵੀ ਲਈਏ ਉੱਥੋਂ ਵੀ ਵਿਆਹ ਦੀ ਰਸਮ ਚੱਲਦੀ ਆਈ ਹੈ ਐਂਡ ਇੱਕ ਹੈ ਹਸਬੈਂਡ ਵਾਈਫ ਰਿਲੇਸ਼ਨ ਇੱਕ ਬਹੁਤ ਹੀ ਪਵਿੱਤਰ ਐਂਡ ਅੱਛਾ ਮੰਨਿਆ ਗਿਆ ਹੈ ਜਿਹਨੂੰ ਇੱਕ ਗ੍ਰਸਥ ਜੀਵਨ ਨੂੰ ਇੱਕ ਬਹੁਤ ਇੱਕ ਸੁੰਦਰ ਇਹਨੂੰ ਮੰਨਿਆ ਗਿਆ ਕਿਉਂਕਿ ਇਹ ਇੱਕ ਕੰਪੈਨੀਅਨਸ਼ਿਪ ਵੀ ਹੈ ਔਰ ਇੱਕ ਜ਼ਿੰਦਗੀ ਦਾ ਹਿੱਸਾ ਵੀ ਬਣ ਗਿਆ ਹੈ ਇੱਕ ਉਹਦੀ ਇੰਪੋਰਟੈਂਸ ਵੀ ਬਹੁਤ ਜ਼ਿਆਦਾ ਅੱਜ ਕੱਲ੍ਹ ਅਗਰ ਕੋਈ ਵਿਆਹ ਨਹੀਂ ਕਰਾ ਰਿਹਾ ਹੈ ਤਾਂ ਅੱਜ ਸਾਡੇ ਸਮਾਜ 'ਚ ਉਹਨੂੰ ਬਹੁਤ ਈਜ਼ੀਲੀ ਐਕਸੈਪਟ ਨਹੀਂ ਕਰਦੇ ਅੱਜ ਕੱਲ੍ਹ ਤਾਂ ਫਿਰ ਵੀ ਥੋੜ੍ਹਾ ਐਕਸੈਪਟ ਕਰ ਲੈਂਦੇ ਹੈ ਬਟ ਜਦ ਸ਼ੁਰੂ ਤੋਂ ਜੇ ਅਸੀਂ ਦੇਖੀਏ ਤਾਂ ਹਮੇਸ਼ਾ ਸਭ ਦਾ ਵਿਆਹ ਹੁੰਦਾ ਹੀ ਹੁੰਦਾ ਸੀਗਾ ਅੱਜ ਸਗੋਂ ਲੋਕ ਦੇਖਦੇ ਆ ਕਿ ਡਿਸਟਰਬਡ ਮੈਰਿਜਸ ਹੈਗੀਆਂ ਤੇ ਅੱਜ ਕੱਲ੍ਹ ਨਹੀਂ ਵੀ ਕਰਾਉਂਦੇ ਕਦੇ ਕਦੇ ਜਾਂ ਫਿਰ ਚਲੋ ਕੋਈ ਸੰਨਿਆਸ ਲੋਕ ਲੈ ਲੈਂਦੇ ਆ ਬਟ ਮੈਂ ਕਹਿਣ ਦੀ ਕੋਸ਼ਿਸ਼ ਕਰ ਰਿਹਾ ਕਿ ਜਿਨ ਜੇ ਸ਼ੁਰੂ ਤੋਂ ਜੇ ਅਸੀਂ ਦੇਵੀ ਦੇਵਤਾ ਦਾ ਲਾਈਫ ਲਈਏ ਤੇ ਇੱਕ ਬਹੁਤ ਹੀ ਸੋਹਣੀ ਲਾਈਫ ਬਿਕੋਜ਼ ਇਹ ਲਾਈਫ ਹੈਗੀ ਸਾਡੀ ਇੱਕ ਐਕਸਪੀਰੀਅੰਸ ਕਰਨ ਵਾਸਤੇ ਹੈ ਹਰ ਤਰ੍ਹਾਂ ਦੀ ਚੀਜ਼ ਅੱਛੇ ਐਕਸਪੀਰੀਅੰਸਿਸ ਲੈਣ ਵਾਸਤੇ ਸੋ ਵਿਆਹ ਕਰਾਉਣ 'ਚ ਕੋਈ ਮਾੜੀ ਗੱਲ ਨਹੀਂ ਹੈ ਵਿਆਹ ਕਰਾਉਣਾ ਚਾਹੀਦਾ ਜਿਹਦੀ ਜਿਸ ਤਰ੍ਹਾਂ ਇੱਛਾ ਹੋਏ ਉਸ ਤਰ੍ਹਾਂ ਉਹ ਵਿਆਹ ਕਰਾ ਸਕਦਾ ਮਤਲਬ ਤੁਹਾਡੇ ਮੁਤਾਬਿਕ ਤੁਸੀਂ ਵਿਆਹ ਤੇ ਥੱਪਾ ਲਗਾਤਾ ਹੈ ਕਿ ਵਿਆਹ ਜ਼ਰੂਰ ਕਰਾਉਣਾ ਚਾਹੀਦਾ ਵਿਆਹ ਕਰਾਉਣਾ ਚਾਹੀਦਾ ਮਗਰ ਪਵਿੱਤਰਤਾ ਜੀਵਨ ਦਾ ਇੱਕ ਹੋਰ ਇੱਕ ਆਪਣਾ ਨਸ਼ਾ ਹੈ ਜੋ ਕਿ ਇੱਕ ਹੋਰ ਆਪਣਾ ਇੱਕ ਜੀਵਨ ਹੈ ਸੋ ਵਿਆਹ ਕਰਾਉਣਾ ਇੱਕ ਗੱਲ ਹੈ ਅਪਵਿੱਤਰਤਾ ਦੂਜੀ ਗੱਲ ਹੈ ਤੇ ਇਹਦਾ ਮਤਲਬ ਤੁਸੀਂ ਇਹਦੇ ਤੇ ਸਹਿਮਤੀ ਕਰਦੇ ਹੋ ਕਿ ਹਾਂ ਵਿਆਹ ਕਰਾਉਣਾ ਚਾਹੀਦਾ ਹੈ
ਬਿਲਕੁਲ ਵਿਆਹ ਕਰਾਉਣਾ ਚਾਹੀਦਾ, ਮਗਰ ਫਿਰ ਵੀ ਜੇ ਕੋਈ ਆਪਣਾ ਜੀਵਨ ਕੋਈ ਬਹੁਤ ਵੱਡੇ ਕਾਰਿਆ ਨੂੰ ਦੇ ਰਿਹਾ, ਸਮਾਜ ਸੇਵਾ ਵੱਲ, ਅਧਿਆਤਮਿਕਤਾ ਵੱਲ, ਜਾਂ ਕੋਈ ਬਹੁਤ ਹੀ ਯੋਗੀ ਜੀਵਨ ਜੀਣਾ ਚਾਹੁੰਦਾ ਹੈ, ਤੇ ਉਹਨੂੰ ਹੁਣ ਇਹ ਚੀਜ਼ਾਂ ਵਿੱਚ ਨਿਰਸਤਾ ਲੱਗਦੀ ਹੈ, ਉਹ ਨਾ ਵੀ ਕਰਾਏ ਉਹਦੇ ਵਾਸਤੇ ਵੀ ਠੀਕ ਹੈ। ਮਤਲਬ ਇਟਸ ਅ ਮੈਟਰ ਆਫ ਚੋਇਸ। ਹਾਂਜੀ, ਕਰਾਉਣਾ ਵੀ ਠੀਕ ਹੈ, ਨਾ ਕਰਾਉਣਾ ਵੀ ਠੀਕ ਹੈ, ਦੋਨੋਂ ਤਰਫ ਤੋਂ ਠੀਕ ਹੈ। ਇੱਥੇ ਜਦੋਂ ਆਪਾਂ ਗੱਲ ਕਰ ਰਹੇ ਹੁਣ ਵਿਆਹ ਤੋਂ ਬਾਅਦ ਦੀ, ਤਾਂ ਵਿਆਹ ਤੋਂ ਬਾਅਦ ਦੇ ਜੋ ਸਵਾਲ ਨੇ ਉਹ ਬਹੁਤ ਸਾਰੇ ਖੜੇ ਹੁੰਦੇ ਹੈ ਅਕੋਰਡਿੰਗ ਟੂ ਯੂ ਜੋ ਤੁਸੀਂ ਦੱਸ ਰਹੇ ਹੋ। ਇਹਦੇ 'ਚ ਜੋ ਵਿਚਾਰਧਾਰਾ ਤਾਂ ਆਪਾਂ ਪਵਿੱਤਰ ਕਰਦੇ ਹਾਂ ਜਿੱਦਾਂ ਤੁਸੀਂ ਗੱਲ ਕੀਤੀ, ਲੇਕਿਨ ਤਨ ਦੀ ਪਵਿੱਤਰਤਾ ਨੂੰ ਮੈਂ ਚਾਹੁੰਦੀ ਹਾਂ ਤੁਸੀਂ ਹੋਰ ਅੱਛੇ ਤਰੀਕੇ ਨਾਲ ਐਕਸਪਲੇਨ ਕਰੋ ਕਿ ਵਿਆਹ ਤੋਂ ਬਾਅਦ ਫਿਰ ਕਿੱਦਾਂ, ਅਗਰ ਕਿਸੇ ਨੇ ਵਿਆਹ ਕਰਾ ਲਿਆ ਹੈ, ਤੁਸੀਂ ਕਹਿ ਰਹੇ ਹੋ ਕਿ ਇਟਸ ਅ ਮੈਟਰ ਆਫ ਚੋਇਸ, ਨਹੀਂ ਕਰਾਉਣਾ ਹੈ ਤਾਂ ਇੱਕ ਇਨਸਾਨ ਪਵਿੱਤਰ ਰਹਿ ਸਕਦਾ ਹੈ ਜਾਂ ਬ੍ਰਹਮਚਰਿਆ ਨੂੰ ਮੇਨਟੇਨ ਕਰਕੇ ਚੱਲ ਸਕਦਾ ਹੈ, ਲੇਕਿਨ ਅਗਰ ਤੁਸੀਂ ਵਿਆਹ ਕਰਾ ਲਿਆ ਹੈ ਉਸ ਦੇ ਬਾਵਜੂਦ ਪਵਿੱਤਰ ਰੱਖਣਾ ਆਪਣੇ ਆਪ ਨੂੰ, ਇਹ ਬਹੁਤ ਵੱਡੀ ਗੱਲ ਹੋ ਜਾਂਦੀ ਹੈ ਔਰ ਥੋੜ੍ਹਾ ਮੁਸ਼ਕਿਲ ਵੀ ਹੈ ਇਹ ਕੰਮ। ਤੇ ਪਹਿਲਾਂ ਤਾਂ ਕਿਉਂ ਰਹਿਣਾ ਹੈ ਇਹਦੇ ਤੁਸੀਂ ਸਾਨੂੰ ਮਾਇਨੇ ਦੱਸੋ। ਪਵਿੱਤਰ ਕਿਉਂ ਰਹਿਣਾ ਹੈ, ਇਹ ਇੱਕ ਨੈਚੁਰਲ ਪ੍ਰੋਸੈਸ ਹੋ ਜਾਂਦਾ ਹੈ। ਬਿਕੋਜ਼ ਕੀ ਹੁੰਦਾ ਕਿ ਹਰ ਇਨਸਾਨ, ਹਰ ਚੀਜ਼ ਕੁਝ ਸਟੇਜਸ ਵਿੱਚੋਂ ਨਿਕਲਦੀ ਹੈ। ਉਹ ਸਟੇਜਸ ਹੈਗੀਆਂ ਸਤੋ ਪ੍ਰਧਾਨ, ਸਤੋ ਰਜੋ ਤਮੋ, ਇੱਕ ਬੜੀ ਇੱਕ ਕਾਮਨ ਨੌਲੇਜ ਹੈਗੀ ਹੈ। ਤੇ ਐਂਡ ਵਿੱਚ ਉਹ ਚੀਜ਼ ਜਾ ਕੇ ਤਮੋ ਬਣ ਜਾਂਦੀ ਹੈ, ਬਿਲਕੁਲ ਤਮੋ ਪ੍ਰਧਾਨ। ਮਤਲਬ ਕਿ ਹਰ ਆਤਮਾ, ਸਰੀਰ, ਕੋਈ ਵੀ ਚੀਜ਼, ਕੋਈ ਵੀ ਕੋਈ ਫਿਜ਼ੀਕਲ ਸਥੂਲ ਚੀਜ਼ ਲੈ ਲਓ ਤੁਸੀਂ, ਭਾਵੇਂ ਇੱਕ ਮੋਬਾਈਲ ਲੈ ਲਓ, ਕੰਪਿਊਟਰ ਲੈ ਲਓ, ਉਹ ਇੱਕ ਪਹਿਲੇ ਇੱਕ ਪਰਫੈਕਟ ਸਟੇਜ ਵਿੱਚ ਹੁੰਦਾ ਹੈ, ਹੌਲੀ ਹੌਲੀ ਉਹ ਚੀਜ਼ ਖਰਾਬ ਹੁੰਦੀ ਹੈ। ਸੋ ਜਦ ਅਸੀਂ ਆਤਮਾਵਾਂ ਉੱਪਰੋਂ ਆਈਆਂ ਸੀਗੀਆਂ, ਜਿਵੇਂ ਅਸੀਂ ਪਿਛਲੀ ਘੜੀ 'ਚ ਵੀ ਉਹ ਕਹਾਣੀ ਸੁਣੀ ਸੀ, ਸੋ ਅਸੀਂ ਪਵਿੱਤਰ ਸੀਗੇ, ਸਤੋ ਪ੍ਰਧਾਨ ਸੀਗੇ। ਹੌਲੀ ਹੌਲੀ ਅਸੀਂ ਸਤੋ ਦੀ ਸਟੇਜ ਵਿੱਚ ਆਏ, ਫਿਰ ਰਜੋ ਦੀ ਸਟੇਜ ਵਿੱਚ ਆਏ, ਰਜੋ ਵਿੱਚ ਜਿੰਜਾ ਵਿਕਾਰ ਆਨੇ ਸਾਡੇ ਵਿੱਚ ਸ਼ੁਰੂ ਹੋ ਗਏ, ਤੇ ਫਿਰ ਅਸੀਂ ਬਿਲਕੁਲ ਹੀ ਤਮੋ ਡਾਊਨਫਾਲ ਵੱਲ ਚਲੇ ਗਏ। ਤਮੋ ਮਤਲਬ ਕਿ ਤੁਹਾਡਾ ਭੋਜਨ ਵੀ ਅਪਵਿੱਤਰ ਹੋ ਗਿਆ, ਤੁਹਾਡਾ ਰਹਿਣ ਸਹਿਣ ਵੀ ਅਪਵਿੱਤਰ ਹੋ ਗਿਆ, ਤੁਹਾਡਾ ਹਰ ਤਰ੍ਹਾਂ ਦੀ ਤੁਹਾਡੀ ਗੱਲਾਂ, ਤੁਹਾਡੇ ਵਿਚਾਰ, ਹਰ ਚੀਜ਼ ਤਮੋ ਪ੍ਰਧਾਨਤਾ ਵੱਲ ਚਲੇ ਗਈ। ਇਸੇ ਤਰ੍ਹਾਂ ਸ੍ਰਿਸ਼ਟੀ ਵੀ ਪੂਰੀ ਸਤੁਰ ਪ੍ਰਧਾਨ, ਬਿਲਕੁਲ ਪਾਵਨ ਸੁਖਦਾਈ ਤੋਂ ਬਿਲਕੁਲ ਬਿਲਕੁਲ ਤਮੋ ਦੁਖਦਾਈ ਵੱਲ ਚਲੇ ਗਈ। ਤੇ ਹੁਣ ਤੁਸੀਂ ਦੇਖਦੇ ਹੋ ਜਿੰਜ ਮੌਸਮ ਵੀ ਹੈ, ਕਦੇ ਬਹੁਤ ਗਰਮੀ ਹੈ, ਕਦੇ ਬਹੁਤ ਸਰਦੀ ਹੈ, ਕਿਤੇ ਭੂਚਾਲ ਆ ਰਹੇ ਹੈ, ਕਿਤੇ ਫਲੱਡਸ ਆ ਰਹੇ ਹੈ, ਇਹ ਹੁਣ ਤਮੋ ਪ੍ਰਧਾਨ ਵਾਲਾ ਹੈ। ਸੋ ਅਸੀਂ ਇਹੀ ਆਪਣੇ ਜੀਵਨ ਵਿੱਚ ਦੇਖਣਾ ਹੈ ਕਿ ਹੁਣ ਅਸੀਂ ਕਿਹੜੇ ਸਟੇਜ ਤੇ ਹਾਂ। ਜ਼ਿਆਦਾਤਰ ਮੰਨਿਆ ਜਾਂਦਾ ਹੁਣ ਇਹ ਸਾਰੀ ਦੁਨੀਆ ਹੁਣ ਤਮੋ ਪ੍ਰਧਾਨ ਸਟੇਜ ਤੇ ਹੈ। ਅੱਛਾ, ਹੁਣ ਅਸੀਂ ਇਸ ਜੀਵਨ ਨੂੰ ਕਿਨ ਸਤੋ ਵੱਲ ਲੈ ਕੇ ਜਾਣਾ, ਇਹਦਾ ਮੇਨ ਮਕਸਦ ਹੋਣਾ ਚਾਹੀਦਾ ਕਿ ਜੀਵਨ ਨੂੰ ਸਤੋ ਵੱਲ ਜਾਣਾ। ਉਹਦੇ ਵਿੱਚ ਬ੍ਰਹਮਚਰਿਆ ਇੱਕ ਚੀਜ਼ ਹੈ, ਸਾਰੀ ਚੀਜ਼ਾਂ ਫਿਰ ਉਹਦੇ ਵਿੱਚ ਆ ਜਾਣਗੀਆਂ, ਪੂਰਾ ਜੀਵਨ ਹੀ ਫਿਰ ਬਦਲਣਾ ਪਏਗਾ। ਬ੍ਰਹਮਚਰਿਆ ਲਕਸ਼ਯ ਨਹੀਂ ਹੈ, ਐਕਚੁਅਲੀ ਪਵਿੱਤਰਤਾ ਲਕਸ਼ਯ ਹੈ, ਪੂਰੇ ਜੀਵਨ ਨੂੰ ਪਵਿੱਤਰ ਬਣਾਉਣਾ, ਖੁਸ਼ਹਾਲ ਬਣਾਉਣਾ, ਇਹ ਐਕਚੁਅਲੀ ਇਹਦਾ ਰੀਅਲ ਸਾਡਾ ਟਾਰਗੇਟ ਹੈ। ਤੇ ਉਹ ਅਸੀਂ ਬਿਨਾ ਮਤਲਬ ਬਿਨਾ ਪਵਿੱਤਰਤਾ ਨੂੰ ਐਕਸੈਪਟ ਕੀਤੇ ਅਸੀਂ ਉਸ ਚੀਜ਼ ਨੂੰ ਨਹੀਂ ਪਾ ਸਕਦੇ ਹਾਂ, ਤੁਹਾਡੇ ਕਹਿਣ ਦਾ ਮਤਲਬ ਪੂਰੀ ਤਰ੍ਹਾਂ ਨਾਲ ਅਗਰ ਅਸੀਂ ਸਤੋ ਪ੍ਰਧਾਨ ਬਣਨਾ ਚਾਹੁੰਦੇ ਹਾਂ ਤੇ ਅਸੀਂ ਉਹਦੀ ਸ਼ੁਰੂਆਤ ਜੋ ਹੈ ਉਹ ਪਵਿੱਤਰਤਾ ਤੋਂ ਕਰਨੀ ਹੈ। ਬਿਲਕੁਲ ਪਵਿੱਤਰਤਾ ਤੋਂ ਕਰਨੀ ਹੈ, ਮਗਰ ਇਹ ਇੱਕ ਪ੍ਰੋਸੈਸ ਹੈ। ਮੈਂ ਤੁਹਾਨੂੰ ਦੱਸਣਾ, ਫੋਰ ਐਗਜ਼ਾਮਪਲ ਇੱਕ ਭਾਈ ਦਾ ਐਗਜ਼ਾਮਪਲ ਮੈਂ ਤੁਹਾਨੂੰ ਦੇਣਾ। ਉਹਦੇ ਨੋਰਮਲ ਵਿਕਾਰੀ ਖਿਆਲ ਜਿੰਨ ਸੀਗੇ, ਨੋਰਮਲ ਜੀਵਨ ਜਿੰਦਾ ਸੀ, ਜਿੰਜ ਅੱਜ ਕੱਲ ਲੋਕ ਜਿੰਦੇ ਹੈ, ਜਿੰਜ ਲੇਟ ਉੱਠਣਾ, ਕਿਤੇ ਅਟੈਚਮੈਂਟ ਹੋ ਜਾਣਾ, ਨੋਰਮਲ ਦੋਸਤਾਂ ਨਾਲ ਘੁੰਮਣਾ, ਕਿਉਂਕਿ ਤੁਸੀਂ ਮੈਰਿਡ ਲਾਈਫ ਦਾ ਪੁੱਛ ਰਹੇ ਹੋ ਤੇ ਉਹ ਮੈਰਿਡ ਵੀ ਸੀਗਾ, ਤੇ ਉਹਨੂੰ ਮਗਰ ਇਹ ਸਾਰਾ ਇਹੋ ਜਿਹੀ ਨੋਰਮਲ ਦੁਨੀਆਂ ਵਿੱਚ ਜੀਂਦੇ ਹੋਏ ਉਹਨੂੰ ਇਹ ਵੀ ਸੀਗਾ ਕਿ ਨਹੀਂ ਅਧਿਆਤਮਿਕਤਾ ਕੁਛ ਹੈ। ਸੋ ਉਹਦੇ ਵੱਲ ਵੀ ਥੋੜਾ ਥੋੜਾ ਇੰਟਰਸਟ ਸੀਗਾ, ਪੜ੍ਹਦਾ ਸੀਗਾ। ਸੋ ਉਹਨੇ ਜਿੰਜੀ ਇਹ ਪੜ੍ਹਾਈ ਸ਼ੁਰੂ ਕੀਤੀ, ਉਹਨੇ ਦੇਖਿਆ ਕਿ ਚਲੋ ਮੈਂ ਅੱਛੀ ਇੱਕ ਪੜ੍ਹਾਈ ਪੜ੍ਹਾਂ ਜੋ ਜਿਹਦੇ ਵਿੱਚ ਵੀ ਮੈਨੂੰ ਅੱਛੀ ਅਧਿਆਤਮਿਕਤਾ ਮਿਲੇ, ਜਿਹਦੇ ਵਿੱਚ ਮੇਰਾ ਜੀਵਨ ਸੁਖੀ ਹੋਏ, ਕੋਈ ਬ੍ਰਹਮਚਾਰਿਆ ਦਾ ਕੋਈ ਲਕਸ਼ਣ ਹੀ ਲੈ ਕੇ ਇੰਜ ਪਹਿਲੇ ਤੁਰ ਪੈਂਦਾ। ਉਹਨੇ ਕਿਹਾ ਮੇਰਾ ਜੀਵਨ ਅੱਛਾ ਹੋਏ, ਮੇਰਾ ਜੀਵਨ ਖੁਸ਼ਹਾਲ ਹੋਏ। ਜਦੋਂ ਇਸ ਤਰ੍ਹਾਂ ਦੇ ਚੁਰ ਗਿਆ, ਉਹਨੇ ਬੜੀ ਅੱਛੀ ਅੱਛੀ ਕਿਤਾਬਾਂ ਪੜ੍ਹਨੀਆਂ ਸ਼ੁਰੂ ਕੀਤਾ, ਉਹਨੇ ਅੱਛੇ ਗੁਰੂਆਂ ਨੂੰ ਮਿਲਣਾ ਸ਼ੁਰੂ ਕੀਤਾ, ਅੱਛੇ ਸੰਨਿਆਸੀਆਂ ਕੋਲ ਵੀ ਉਹ ਗਿਆ, ਹਰ ਜਗ੍ਹਾ ਉਹਨੇ ਜਾ ਕੇ ਗੱਲਾਂ ਕਰਨੀ ਸ਼ੁਰੂ ਕੀਤੀਆਂ। ਹੌਲੀ ਹੌਲੀ ਉਹਨੂੰ ਅਨੁਭਵ ਹੋਣਾ ਸ਼ੁਰੂ ਹੋ ਗਿਆ ਕਿ ਮੈਂ ਕਿੱਥੇ ਜਾਵਾਂ ਤੇ ਮੈਨੂੰ ਇਹ ਅੱਛਾ ਗਿਆਨ ਪ੍ਰਾਪਤੀ ਹੋ ਸਕਦੀ ਹੈ। ਤੇ ਜਦ ਉਹ ਮਿਲਣ ਲੱਗਿਆ ਅੱਛੇ ਮਹਾਂਪੁਰਸ਼ਾਂ ਨੂੰ,
ਉਹਨੇ ਦੇਖਿਆ ਕਿ ਇਹ ਲੋਕ ਤੇ ਬੜੇ ਇੱਕ ਸਤੋ ਪ੍ਰਧਾਨ ਬੜੇ ਇੱਕ ਖੁਸ਼ਹਾਲ ਸਟੇਜ ਵਿੱਚ ਹੈਗੇ ਆ, ਇਹਨਾਂ ਦੇ ਪਿੱਛੇ ਕੀ ਹੈ, ਇਹ ਆਪਣਾ ਗਿਆਨ ਕਿੱਥੋਂ ਲੈ ਰਹੇ ਆ। ਉਹਨੇ ਦੇਖਿਆ ਬੜੇ ਸੁੱਖ ਵਿੱਚ ਰਹਿੰਦੇ ਆ, ਸ਼ਾਂਤ ਵੀ ਰਹਿੰਦੇ ਆ, ਖੁਸ਼ ਵੀ ਰਹਿੰਦੇ ਆ, ਇਹਨਾਂ ਦੇ ਪਿੱਛੇ ਹੈ ਕੀ, ਮੈਂ ਉਧਰ ਵੱਲ ਜਾਵਾਂ। ਉਹਨੇ ਥੋੜਾ ਯੋਗ ਵੀ ਉਹਨਾਂ ਕੋਲੋਂ ਸਿੱਖਣਾ ਸ਼ੁਰੂ ਕਰਤਾ, ਉਹਨੇ ਆਪਣਾ ਜੀਵਨ ਵੀ ਥੋੜਾ ਬਦਲਣਾ ਸ਼ੁਰੂ ਕਰਤਾ, ਥੋੜਾ ਵੈਜੀਟੇਰੀਅਨ ਵੀ ਬਣ ਗਿਆ ਸੀਗਾ। ਉਹਨੇ ਅਨਨੈਸੈਸਰੀ ਐਕਟੀਵਿਟੀਜ਼, ਰਾਤੀ ਘੁੰਮਣਾ ਫਿਰਨਾ, ਉਹ ਵੀ ਥੋੜਾ ਛੱਡਤਾ। ਤੇ ਜਿੰਜ ਇਹੋ ਜਿਹੇ ਲੋਕਾਂ ਨਾਲ ਜਿਹਨੂੰ ਕਹਿੰਦੇ ਸੰਘ ਦਾ ਰੰਗ ਲੱਗਣਾ, ਉਹ ਵੀ ਲੱਗਣਾ ਸ਼ੁਰੂ ਉਹਨੂੰ ਹੋ ਗਿਆ। ਤੇ ਇਹਦੇ ਹੀ ਦੌਰਾਨ ਜਦ ਉਹਨੇ ਦੇਖਿਆ ਕਿ ਮੈਂ ਦੇਖਾਂ ਕਿ ਇਹ ਲੋਕ ਪਿੱਛੇ ਇਹ ਆਪਣਾ ਗਿਆਨ ਕਿੱਥੋਂ ਲੈ ਰਹੇ ਆ, ਇਹ ਕਿੱਥੇ ਜਾ ਰਹੇ ਆ, ਤੇ ਉਹਨੂੰ ਪਤਾ ਲੱਗਿਆ ਕਿ ਇਹ ਲੋਕ ਵੀ ਆਪਣਾ ਗਿਆਨ ਤੇ ਪਰਮਾਤਮਾ ਕੋਲੋਂ ਲੈ ਰਹੇ ਆ। ਤੇ ਉਹਨੇ ਕਿਹਾ ਮੈਂ ਵੀ ਫਿਰ ਪਰਮਾਤਮਾ ਕੋਲ ਜਾਵਾਂ, ਮੈਂ ਡਾਇਰੈਕਟਲੀ ਆਪਣਾ ਗਿਆਨ ਕਿਉਂ ਨਾ ਪਰਮਾਤਮਾ ਕੋਲ ਲਵਾਂ, ਕਿਉਂਕਿ ਕਿਸੇ ਇਨਸਾਨ ਵਿੱਚ ਫਸਣਾ ਤੇ ਨਹੀਂ ਹੈ ਨਾ ਓਬਜੈਕਟਿਵ ਉਹਦਾ। ਸੋ ਇਹ ਸਾਰੀ ਐਕਟੀਵਿਟੀ ਕਰਦੇ ਕਰਦੇ ਉਹਨੇ ਉਹਨਾਂ ਨਾਲ ਸੇਵਾ ਵੀ ਕਰਨੀ ਸ਼ੁਰੂ ਕਰਤੀ। ਸੋ ਥੋੜਾ ਥੋੜਾ ਉਹਦੇ ਵਿੱਚ ਗਿਆਨ, ਥੋੜਾ ਯੋਗ, ਥੋੜੀ ਉਹਦੇ ਵਿੱਚ ਧਾਰਨਾਵਾਂ, ਜਿਵੇਂ ਵੈਜੀਟੇਰੀਅਨ ਬਣ ਗਿਆ, ਸੇਵਾ ਉਹਨੇ ਸ਼ੁਰੂ ਕਰਤੀ। ਸੋ ਇੱਕ ਪੂਰਾ ਇੱਕੋ ਸਰਕਲ ਉਹਦਾ ਬਣਨਾ ਸ਼ੁਰੂ ਹੋ ਗਿਆ। ਸਾਡੇ ਲਾਈਫ ਦੇ ਸਰਕਲ ਹੁੰਦੇ ਆ, ਅਧਿਆਤਮਿਕਤਾ ਦੀ ਸ਼ੁਰੂਆਤ ਹੋ ਗਈ, ਮਤਲਬ ਜੇ ਨੈਗੇਟਿਵਿਟੀ ਦਾ ਸਰਕਲ ਚੱਲ ਰਿਹਾ ਸੀ, ਉਹਨੇ ਹਲਕਾ ਹਲਕਾ ਪੋਜ਼ਿਟਿਵਿਟੀ ਵੱਲ ਜਾਣਾ ਸ਼ੁਰੂ ਕਰਤਾ। ਜਦ ਉਹਨੇ ਪੋਜ਼ਿਟਿਵਿਟੀ ਵੱਲ ਜਾਣਾ ਸ਼ੁਰੂ ਕਰਤਾ, ਉਹਦੇ ਖਿਆਲ ਵੀ ਬਦਲਨੇ ਸ਼ੁਰੂ ਹੋ ਗਏ। ਜਦ ਉਹ ਬਦਲਨੇ ਸ਼ੁਰੂ ਹੋ ਗਏ ਤੇ ਉਹਨੇ ਕਿਹਾ ਕਿ ਮੈਨੂੰ ਰੀਅਲ ਪਰਮਾਤਮਾ ਦੀ ਪ੍ਰਾਪਤੀ ਕਿੰਜ ਹੋ ਸਕਦੀ ਹੈ। ਤਦ ਉਹਨੂੰ ਦੱਸਿਆ ਗਿਆ ਕਿ ਜੇ ਤੁਸੀਂ ਪੂਰੀ ਪ੍ਰਾਪਤੀ ਕਰਨਾ ਚਾਹੁੰਦੇ ਹੋ ਤੇ ਤੁਹਾਨੂੰ ਇੱਕ ਪਵਿੱਤਰ ਜੀਵਨ ਜੀਣਾ ਪਏਗਾ, ਕਿਉਂਕਿ ਪਰਮਾਤਮਾ ਇੱਕ ਬਹੁਤ ਪਿਓਰ ਸੋਲ ਹੈ। ਉਸ ਪਿਓਰ ਸੋਲ ਨੂੰ ਅਨੁਭਵ ਕਰਨ ਵਾਸਤੇ ਇੱਕ ਪਿਓਰ ਆਤਮਾ ਹੀ ਉਹਦਾ ਅਨੁਭਵ ਕਰ ਸਕਦੀ ਹੈ, ਇੱਕ ਨੋਰਮਲ ਆਤਮਾ ਉਹਨੂੰ ਐਕਸਪੀਰੀਅੰਸ ਨਹੀਂ ਕਰ ਪਾਏਗੀ। ਉਹਨੇ ਕਿਹਾ ਠੀਕ ਹੈ, ਕਿਉਂਕਿ ਹੁਣ ਆਲਰੇਡੀ ਥੋੜਾ ਚੇਂਜ ਹੋ ਰਿਹਾ ਸੀ, ਉਹਨੇ ਆਹ ਚੀਜ਼ ਨੂੰ ਐਕਸੈਪਟ ਕਰ ਲਿਆ। ਜਦੋਂ ਉਹਨੇ ਕਿਹਾ ਚਲੋ ਅਸੀਂ ਕਰਕੇ ਦੇਖਦੇ ਹਾਂ, ਜੇ ਮੈਨੂੰ ਪ੍ਰਾਪਤੀ ਹੋ ਗਈ ਇਹਦੇ ਵਿੱਚ ਫਿਰ ਕੀ ਮਾੜਾ ਹੈ, ਦੇਖੀਏ, ਕਿਉਂਕਿ ਲੋਕ ਜਨਮ ਤੋਂ ਪਰਮਾਤਮਾ ਨੂੰ ਲੱਭ ਰਹੇ ਆ। ਉਹਨੇ ਕਿਹਾ ਜੇ ਮੈਨੂੰ ਪਰਮਾਤਮਾ ਲੱਭ ਗਿਆ, ਇਸ ਤੋਂ ਵੱਡੀ ਗੱਲ ਹੋਰ ਕੀ ਹੋ ਸਕਦੀ ਹੈ। ਬਿਲਕੁਲ। ਸੋ ਤੁਰ ਪਿਆ ਉਹ ਰਾਤ, ਉਹਨੇ ਕਿਹਾ ਠੀਕ ਹੈ ਮੈਂ ਪਵਿੱਤਰਤਾ ਵੱਲ ਰਹਿ ਕੇ ਦੇਖ ਲੈਣਾ, ਮੈਂ ਬ੍ਰਹਮਚਰਿਆ ਚ ਵੀ ਰਹਿ ਕੇ ਦੇਖ ਲੈਣਾ, ਇਹਦੇ ਚ ਦੇਖੀ ਜਾਏਗੀ ਫਿਰ ਅੱਗੇ ਜਾ ਕੇ। ਮਗਰ ਜਦ ਉਹਨੇ ਇਹ ਜੀਵਨ ਜੀਣਾ ਸ਼ੁਰੂ ਕੀਤਾ, ਬਿਲਕੁਲ ਉਹ ਸਮਾਜ ਵਿੱਚ ਵੀ ਉਹਨੇ ਬਿਲਕੁਲ ਅੱਛੀ ਨੋਰਮਲ ਐਕਟੀਵਿਟੀਜ਼, ਚੰਗੇ ਲੋਕਾਂ ਦਾ ਸੰਗ, ਆਪਣੇ ਬਿਜ਼ਨਸ ਵਿੱਚ ਵੀ ਉਹਨੇ ਦੇਖਿਆ ਕਿ ਬਿਲਕੁਲ ਨੋਰਮਲ, ਮਤਲਬ ਗੁੱਸਾ ਵੀ ਉਹਨੂੰ ਨਹੀਂ ਆਉਣਾ, ਕਿਉਂਕਿ ਉਹ ਗਿਆਨ ਦੀ ਪੜ੍ਹਾਈ ਕਰ ਰਿਹਾ ਸੀ, ਰੋਜ਼ ਚਿੰਤਨ ਕਰ ਰਿਹਾ ਸੀਗਾ। ਸੋ ਇਹ ਕਰਦੇ ਕਰਦੇ ਉਹਦਾ ਪੂਰਾ ਜੀਵਨ ਬਦਲ ਗਿਆ ਤੇ ਅਪਵਿੱਤਰਤਾ ਦੇ ਸੰਕਲਪ ਹੀ ਆਉਣੇ ਬੰਦ ਹੋ ਗਏ। ਉਹ ਉਹਨੇ ਲਕਸ਼ਣ ਹੀ ਰੱਖਿਆ ਸੀ ਕਿ ਮੈਂ ਬ੍ਰਹਮਚਰਿਆ ਹੀ ਲੈਣਾ, ਉਹਦਾ ਨੋਰਮਲੀ ਨੈਚੁਰਲੀ ਉਹਦਾ ਜੀਵਨ ਬ੍ਰਹਮਚਰਿਆ ਪਵਿੱਤਰਤਾ ਵੱਲ ਚੱਲ ਪਿਆ। ਐਂਡ ਸਾਲੋਂ ਸਾਲ ਫਿਰ ਐਂ ਚੱਲਣਾ ਸ਼ੁਰੂ ਹੋ ਗਿਆ, ਉਹਦੀ ਵਾਈਫ ਦਾ ਵੀ ਇੰਟਰਸਟ ਸੀਗਾ। ਸੋ ਇੱਕ ਨੈਚੁਰਲ ਵੇ ਨਾਲ ਉਹਦੇ ਜੀਵਨ ਵਿੱਚ ਪਵਿੱਤਰਤਾ ਆ ਗਈ, ਸਹਿਜ ਹੋ ਗਿਆ। ਹਾਂਜੀ, ਸਹਿਜ ਆ ਗਈ ਐਂਡ ਅੱਗੇ ਤੁਰਦਾ ਗਿਆ, ਉਹਨੂੰ ਪਰਮਾਤਮਾ ਦੀ ਵੀ ਪ੍ਰਾਪਤੀ ਹੋ ਗਈ, ਪਵਿੱਤਰਤਾ ਵੀ ਹੋ ਗਈ, ਉਹਦਾ ਘਰ ਵੀ ਖੁਸ਼ਹਾਲ ਹੋ ਗਿਆ, ਉਹਦੇ ਸਮਾਜ ਵਿੱਚ ਵੀ ਉਹਨੇ ਰਿਲੇਸ਼ਨ ਵੀ ਬੈਟਰ ਹੋ ਗਏ, ਜੋ ਬਿਜ਼ਨਸ ਕਰਦਾ ਸੀ ਉਹ ਵੀ ਬੈਟਰ ਹੋ ਗਿਆ, ਕਿਉਂਕਿ ਲਾਈਫ ਸਿੰਪਲ ਹੋ ਗਈ। ਪਹਿਲੇ ਜਿੰਜ ਬੜੇ ਖਰਚੇ ਕਰਦਾ ਸੀ, ਉਹ ਖਰਚੇ ਵੀ ਉਹਦੇ ਘੱਟ ਗਏ, ਨੋਰਮਲ ਹੋ ਗਏ। ਮਤਲਬ ਸੋ ਐਂਡ ਜੋ ਉਹਦੀ ਲਾਈਫ ਵਿੱਚ ਕਿੰਜ ਇੱਕ ਅਪਵਿੱਤਰਤ ਤਮੋ ਪ੍ਰਧਾਨ ਸਟੇਜ ਤੋਂ ਥੋੜਾ ਰਜੋ ਵੱਲ, ਥੋੜਾ ਸਤੋ ਵੱਲ ਇੰਜ ਆਉਣਾ ਸ਼ੁਰੂ ਹੋ ਗਿਆ। ਸੋ ਜੇ ਕੋਈ ਵੀ ਇਹੋ ਜਿਹੇ ਕਿਸੇ ਟਰੈਕ ਨੂੰ ਫੋਲੋ ਕਰੇਗਾ, ਆਪਣੇ ਉਹ ਇੱਕ ਤਮੋ ਪ੍ਰਧਾਨਤਾ ਦੇ ਸਾਈਕਲ ਨੂੰ ਤੋੜੇਗਾ ਕਿਤੇ ਨਾ ਕਿਤੇ, ਭਾਵੇਂ ਯੋਗ ਨਾਲ, ਗਿਆਨ ਨਾਲ, ਅੱਛੇ ਸੰਗ ਨਾਲ, ਤੇ ਫਿਰ ਉਹ ਇਸ ਇੱਧਰ ਵੱਲ ਤੁਰ ਪਏਗਾ ਤੇ ਉਹਦਾ ਸਾਰਾ ਇੱਕ ਜੀਵਨ ਖੁਸ਼ਹਾਲੀ ਵੱਲ ਆਉਣਾ ਸ਼ੁਰੂ ਹੋ ਜਾਏਗਾ। ਮਤਲਬ ਜੋ ਐਂਡ ਮਕਸਦ ਹੈ ਉਹ ਇਹ ਹੈ ਕਿ ਅਸੀਂ ਸਤੋ ਪ੍ਰਧਾਨ ਬਣਨਾ ਹੈ, ਔਰ ਉਹਦੇ ਲਈ ਸਭ ਤੋਂ ਪਹਿਲਾਂ ਜੋ ਸ਼ੁਰੂਆਤ ਕਰਨੀ ਹੈ ਉਹ ਆਪਣੇ ਆਪ ਨੂੰ ਅਧਿਆਤਮਿਕਤਾ ਨਾਲ ਜੋੜ ਕੇ ਹੀ ਕਰਨੀ ਪਏਗੀ। ਉਹਦੇ ਅਧਿਆਤਮਿਕ ਨਾਲ, ਉਹ ਜੇ ਲੋਕਾਂ ਨਾਲ, ਉਹ ਜੇ ਸੰਗ ਨਾਲ, ਯੋਗ ਵਿੱਚ ਕੁਝ ਅਨੁਭਵ ਕਰਨ ਨਾਲ, ਜਦ ਯੋਗ ਦਾ ਅਨੁਭਵ ਹੋਏਗਾ ਉਹਨੂੰ, ਉਹਨੂੰ ਬਾਹਰ ਦੀ ਚੀਜ਼ਾਂ ਫਿਰ ਫਿੱਕੀ ਲੱਗਣੀਆਂ ਸ਼ੁਰੂ ਹੋ ਜਾਣਗੀਆਂ। ਬਾਹਰ ਦਾ ਅਨਨੈਸੈਸਰੀ ਘੁੰਮਣਾ ਫਿਰਨਾ ਤੁਸੀਂ ਦੇਖ ਰਹੇ ਹੋ ਅੱਜ ਕੱਲ ਸਮਾਜ ਵਿੱਚ ਕਿੰਨਾ ਜ਼ਿਆਦਾ ਸਾਰਾ ਕੁਝ ਵੱਧ ਗਿਆ। ਮੈਂ ਇਹੋ ਪੁੱਛਣਾ ਚਾਹ ਰਹੀ ਹਾਂ ਕਿ ਅੱਜ ਕੱਲ ਜੋ ਵੈਸਟਰਨ ਕਲਚਰ ਸਾਡੇ ਉੱਪਰ ਬਹੁਤ ਪ੍ਰਭਾਵਿਤ ਹੁੰਦਾ ਜਾ ਰਿਹਾ ਹੈ, ਇਨਫੈਕਟ ਅਗਰ ਪੂਰੇ ਵਰਲਡ ਦੀ ਆਪਾਂ ਗੱਲ ਕਰੀਏ ਤਾਂ ਪੂਰੇ ਵਰਲਡ 'ਚ ਹੀ ਵੈਸਟਰਨ ਕਲਚਰ ਬਹੁਤ ਤੇਜ਼ੀ ਨਾਲ ਫੈਲ ਰਿਹਾ ਹੈ, ਔਰ ਅਗਰ ਇਹ ਚੀਜ਼ ਅਸੀਂ ਉੱਥੇ ਵੀ ਕਰਨਾ ਚਾਹ ਰਹੇ ਹਾਂ ਜਾਂ ਵੈਸਟਰਨ ਕਲਚਰ ਇੱਥੇ ਵੀ ਆ ਗਿਆ ਹੈ ਤਾਂ ਬਹੁਤ ਮੁਸ਼ਕਿਲ ਹੋ ਗਈ ਹੈ, ਤਾਂ ਇਸ ਸਿਨੈਰੀਓ 'ਚ ਉਹ ਚੀਜ਼ ਕਿੱਦਾਂ ਐਕਸੈਪਟੇਬਲ ਹੋਏਗੀ? ਦੇਖੋ, ਸਾਡੀ ਪਹਿਲੇ ਵੀ ਇਹ ਗੱਲ ਹੋਈ ਸੀ ਕਿ ਜਿਹੜਾ ਵੈਸਟਰਨ ਵਰਲਡ ਹੈ ਉਹ ਇਸ ਵੇਲੇ ਉਹਨਾਂ ਨੇ ਰਿਅਲਾਈਜ਼ ਕਰ ਲਿਆ ਕਿ ਅਸੀਂ ਜੋ ਵੀ ਜਿਸ ਤਰ੍ਹਾਂ ਆਪਣਾ ਜੀਵਨ ਜੀ ਰਹੇ ਹਾਂ ਇਹਦੇ ਵਿੱਚ ਦੁੱਖ ਹੈ, ਐਂਡ ਉਹ ਭਾਰਤ ਦੇ ਸਪਿਰਚੁਅਲ ਵੈਲਿਊਜ਼ ਕਲਚਰ ਵੱਲ ਹੁਣ ਦੇਖਣਾ ਸ਼ੁਰੂ ਹੋ ਗਏ।
ਸੋ ਇੱਕ ਵੈਸਟਰਨ ਫਿਲਾਸਫਰ ਸੀਗਾ, ਸੋਕ੍ਰੇਟਿਜ਼ ਉਹਦਾ ਨਾਮ ਸੀਗਾ, ਐਂਡ ਬਹੁਤ ਮਾਨਾ ਜਾਣਿਆ ਫਿਲਾਸਫਰ ਮੰਨਿਆ ਜਾਂਦਾ। ਤਾਂ ਉਹਦੇ ਇੱਕ ਸਟੂਡੈਂਟ ਨੂੰ ਇੱਕ ਵਾਰ ਨੇ ਉਹਨੂੰ ਪੁੱਛਿਆ ਕਿ ਸਰ ਅਸੀਂ ਅਪਵਿੱਤਰਤਾ ਵਿੱਚ ਇਨਸਾਨ ਨੂੰ ਜ਼ਿੰਦਗੀ ਵਿੱਚ ਕਿੰਨੀ ਵਾਰ ਜਾਣਾ ਚਾਹੀਦਾ? ਸੋ ਉਸ ਫਿਲਾਸਫਰ ਨੇ ਜਵਾਬ ਦਿੱਤਾ ਕਿ ਪੂਰੇ ਜੀਵਨ ਸਿਰਫ ਇੱਕ ਵਾਰੀ। ਉਹ ਵੈਸਟਰਨ ਉਹਨਾਂ ਦੀ ਹੈ ਕਲਚਰ ਕਹਿ ਰਹੀ ਹੈ, ਹਾਲਾਂਕਿ ਭਾਰਤ ਦੇ ਦੇਵੀ ਦੇਵਤਾ ਕਲਚਰ ਨੂੰ ਪੁੱਛੋ ਤੇ ਉਹ ਕਹਿੰਦੇ ਇੱਕ ਵਾਰ ਵੀ ਨਹੀਂ, ਮਗਰ ਉਹਨੇ ਕਿਹਾ ਸੋਕ੍ਰੇਟਿਸ ਨੇ ਕਿ ਜ਼ਿੰਦਗੀ ਚ ਇੱਕ ਵਾਰੀ। ਤੇ ਉਹਨੇ ਪੁੱਛਿਆ ਕਿ ਜੇ ਇੱਕ ਵਾਰੀ ਇਹਦੇ ਵਿੱਚ ਅਪਵਿੱਤਰਤਾ ਜਾਣ ਨਾਲ ਮਨ ਦੀ ਪ੍ਰਾਪਤੀ ਨਾ ਹੋਏ, ਬੰਦਾ ਫਿਰ ਵੀ ਦੁਖੀ ਮਹਿਸੂਸ ਕਰੇ, ਉਹਨੇ ਕਿਹਾ ਠੀਕ ਹੈ ਫਿਰ ਤੁਸੀਂ ਸਾਲ ਚ ਇੱਕ ਵਾਰੀ। ਤੇ ਉਹਨੇ ਕਿਹਾ ਸਰ ਜੇ ਸਾਲ ਚ ਇੱਕ ਵਾਰ ਵੀ ਅਪਵਿੱਤਰਤਾ ਵਿੱਚ ਜਾਣ ਨਾਲ ਫਿਰ ਵੀ ਇਨਸਾਨ ਨੂੰ ਖੁਸ਼ੀ ਨਾ ਮਿਲੇ, ਉਹਦੇ ਸੰਕਲਪ ਫਿਰ ਵੀ ਚੱਲਣ, ਤੇ ਉਹ ਕਹਿੰਦਾ ਫਿਰ ਮਹੀਨੇ ਚ ਇੱਕ ਵਾਰੀ। ਤੇ ਫਿਰ ਸਟੂਡੈਂਟ ਨੇ ਕਿਹਾ ਸਰ ਜੇ ਮਹੀਨੇ ਚ ਇੱਕ ਵਾਰੀ ਵੀ ਜਾਣ ਨਾਲ ਫਿਰ ਵੀ ਬੰਦਾ ਸੁੱਖ ਨਾ ਮਹਿਸੂਸ ਕਰੇ, ਚੰਗਾ ਨਾ ਮਹਿਸੂਸ ਕਰੇ? ਉਹਨੇ ਕਿਹਾ ਫਿਰ ਤੁਸੀਂ ਇੰਜ ਕਰੋ, ਤੁਸੀਂ ਪਹਿਲੇ ਜਾ ਕੇ ਆਪਣੀ ਅਰਥੀ ਦੀ ਤਿਆਰੀ ਕਰ ਲਓ, ਉਹਦੇ ਬਾਅਦ ਜੋ ਮਰਜ਼ੀ ਕਰੋ ਉਹਦੇ ਬਾਅਦ। ਸੋ ਇਹ ਇੱਕ ਵਿਊ ਉਹਨਾਂ ਦਾ ਸੀਗਾ ਉਸ ਵੇਲੇ ਦਾ। ਹੁਣ ਉਹਨਾਂ ਤੇ ਹੈ ਕਿ ਉਹ ਆਪਣੇ ਫਿਲਾਸਫਰਸ ਨੂੰ, ਆਪਣੀ ਕਲਚਰ ਨੂੰ, ਆਪਣੇ ਖਿਆਲਾਂ ਨੂੰ ਕਿੰਨਾ ਮੰਨਦੇ ਹੈ। ਬਟ ਜੇ ਤੁਸੀਂ ਇੱਕ ਹੋਰ ਵੀ ਗੱਲ, ਅਸੀਂ ਜਿੰਝ ਇੱਕ ਵਾਰੀ ਪਿਛਲੇ ਐਪੀਸੋਡ ਡਿਸਕਸ ਕੀਤੀ ਸੀਗੀ ਕਿ ਜਿਹੜੀ ਆਤਮਾਵਾਂ, ਬਿਕੋਜ਼ ਅਸੀਂ ਸਾਰੇ ਜਨਮ ਬਾਏ ਜਨਮ ਲੈ ਰਹੇ ਹਾਂ, ਸੋ ਜਿਹੜੀ ਆਤਮਾਵਾਂ ਨੇ ਪਿਛਲੇ ਜਨਮਾਂ ਵਿੱਚ ਧਰਤੀ ਤੇ ਪਵਿੱਤਰਤਾ ਦਾ ਅਨੁਭਵ ਕੀਤਾ, ਉਹਨਾਂ ਨੂੰ ਇਹ ਗੱਲ ਅਟਰੈਕਟ ਕਰਨ ਲੱਗ ਪਏਗੀ। ਉਹਨਾਂ ਨੂੰ ਆਪਣੇ ਪਿਛਲੇ ਜਨਮਾਂ ਦੀ ਉਹ ਇੱਕ ਫੀਲਿੰਗ ਆਉਣੀ ਸ਼ੁਰੂ ਹੋ ਜਾਏਗੀ, ਉਹ ਵਿਚਾਰ ਇਮਰਜ ਹੋਣੇ ਸ਼ੁਰੂ ਹੋ ਜਾਣਗੇ ਕਿ ਹਾਂ ਅਸੀਂ ਇੰਜ ਸੀਗੇ। ਪਰ ਜਿਨ੍ਹਾਂ ਨੇ ਆਪਣੇ ਪੂਰਵ ਜਨਮਾਂ ਵਿੱਚ ਵੀ ਧਰਤੀ ਤੇ ਪਵਿੱਤਰਤਾ ਨਹੀਂ ਅਨੁਭਵ ਕੀਤੀ, ਉਹਨਾਂ ਨੂੰ ਫਿਰ ਇਸ ਜਨਮ ਵਿੱਚ ਵੀ ਇਹ ਗੱਲ ਥੋੜੀ ਅਜੀਬ ਲੱਗੇਗੀ, ਸੋ ਉਹ ਫਿਰ ਇੱਧਰ ਵੱਲ ਨਹੀਂ ਜਾ ਪਾਣਗੇ। ਰਿਐਲਿਟੀ ਹੈਗੀ, ਮਤਲਬ ਜੋ ਆਲਰੇਡੀ ਐਕਸਪੀਰੀਅੰਸ ਕਰ ਚੁੱਕੇ ਨੇ ਉਹਨਾਂ ਦੇ ਉਹਨਾਂ ਚ ਆਟੋਮੈਟਿਕ ਉਹ ਫੀਲਿੰਗ ਉਹ ਭਾਵਨਾ ਨਹੀਂ, ਹਾਂ ਉਹ ਸਮ੍ਰਿਤੀ। ਜਦੋਂ ਉਹ ਸਾਰੀ ਗੱਲਾਂ ਸੁਣਨਗੇ ਪਰਮਾਤਮਾ ਬਾਰੇ, ਸਤਯੁਗ ਬਾਰੇ, ਦੇਵੀ ਦੇਵਤਾਵਾਂ ਬਾਰੇ, ਤੇ ਹੁਣ ਇਸ ਧਰਤੀ ਨੂੰ ਕਿੰਝ ਫਿਰ ਪਾਵਨ ਬਣਾਉਣਾ ਹੈ। ਫਿਰ ਵੀ ਅਗਰ ਮੈਂ ਪ੍ਰੈਕਟੀਕਲ ਲਾਈਫ ਦੀ, ਮੈਂ ਤੁਹਾਡੇ ਤੋਂ ਕਾਫੀ ਚੀਜ਼ਾਂ 'ਚ ਸਹਿਮਤ ਹਾਂ ਇਸ ਦੇ ਉੱਪਰ ਕਿ ਬਹੁਤ ਸਾਰਾ ਸੋ ਅੱਜ ਸਾਡਾ ਸਮਾਜ ਹੈ ਉਹ ਸਿਰਫ ਇਹ ਅਪਵਿੱਤਰਤਾ ਦੇ ਕਾਰਨ ਹੀ ਬਹੁਤ ਜ਼ਿਆਦਾ ਸਫ਼ਰ ਕਰ ਰਿਹਾ ਹੈ। ਅੱਜ ਕੱਲ੍ਹ ਜਿੰਨੇ ਵੀ ਕ੍ਰਾਈਮਸ ਹੋ ਰਹੇ ਨੇ ਔਰ ਜਿੰਨੇ ਵੀ ਅੱਜ ਕੱਲ੍ਹ ਕੇਸਿਸ ਚੱਲ ਰਹੇ ਨੇ ਉਹ ਸਾਰੇ ਇਹਦੇ ਤੋਂ ਹੀ ਰਿਲੇਟਡ ਨੇ, ਕਿਤੇ ਰੇਪ ਹੋ ਰਿਹਾ ਹੈ, ਕਿਤੇ ਕਿਸੇ ਨੇ ਕਿਸੇ ਨੂੰ ਛੇੜਤਾ ਜਾਂ ਕੁਛ ਵੀ, ਬਹੁਤ ਸਾਰੇ ਕੇਸਿਸ ਇਹੋ ਜਿਹੇ ਹੋ ਰਹੇ। ਲੇਕਿਨ ਫਿਰ ਵੀ ਕਿਤੇ ਨਾ ਕਿਤੇ ਮੈਨੂੰ ਲੱਗਦਾ ਹੈ ਜੋ ਮੈਰਿਜ ਲਾਈਫ ਹੈ ਉਹਦੇ ਬਾਅਦ ਅਗਰ ਇਹ ਪਵਿੱਤਰਤਾ ਅਸੀਂ ਮੇਨਟੇਨ ਨਹੀਂ ਕਰਦੇ ਹਾਂ ਤੇ ਇੱਕ ਮੈਰਿਜ ਇਨਸਾਨ ਕਿਉਂ ਕਰਾਏਗਾ? ਦੇਖੋ ਮੈਰਿਜ ਦਾ ਜਿੰਝ ਅਸੀਂ ਗੱਲ ਕੀਤੀ, ਮੈਰਿਜ ਦਾ ਪਰਪਸ ਅਪਵਿੱਤਰਤਾ ਨਹੀਂ ਹੈ। ਮੈਰਿਜ ਦਾ ਪਰਪਸ ਹੈ ਕੰਪੈਨੀਅਨਸ਼ਿਪ, ਅਸੀਂ ਇਸ ਲਾਈਫ ਜੀ ਰਹੇ ਹਾਂ ਅਨੁਭਵ ਕਰਨ ਨੂੰ, ਇੱਕ ਦੂਜੇ ਦੇ ਨਾਲ ਜੀਣ ਨੂੰ, ਇੱਕ ਦੂਜੇ ਦੇ ਸੁੱਖ ਦੁੱਖ ਵਿੱਚ ਸਾਥ ਦੇਣ ਨੂੰ। ਇਹੀ ਇੱਕ ਜੀਵਨ ਦਾ ਇੱਕ ਲਕਸ਼ ਹੈ। ਈਵਨ ਵਿਦੇਸ਼ ਵਿੱਚ ਬੜੇ ਲੋਕ ਹੁਣ ਵਿਆਹ ਵੀ ਕਰਾਉਂਦੇ ਕੰਪੈਨੀਅਨਸ਼ਿਪ ਵਾਸਤੇ, ਪਰ ਉਹ ਤਾਂ ਬਿਨਾਂ ਵਿਆਹ ਤੋਂ ਵੀ ਰਹਿ ਸਕਦੇ ਹੈ ਫਿਰ। ਹਾਂ, ਲੇਕਿਨ ਇੱਕ ਇਕੱਲੇ ਜੀਵਨ ਜੀਣਾ, ਇਕੱਲੇ ਤੁਸੀਂ ਰਹਿ ਰਹੇ ਹੋ ਉਹ ਇੱਕ ਹੋਰ ਗੱਲ ਹੈ। ਜਾਂ ਤੇ ਠੀਕ ਹੈ ਤੁਸੀਂ ਕਿਸੇ ਇੰਸਟੀਟਿਊਸ਼ਨ ਦਾ ਹਿੱਸਾ ਹੈਗੇ ਹੋ, ਠੀਕ ਹੈ ਨਾ, ਜਿੰਝ ਬੁੱਧਿਸਟ ਹੈਗੇ ਹੈ ਉਹ ਕੁਛ ਲੈਂਦੇ, ਉਹ ਇਕੱਠੇ ਰਹਿੰਦੇ ਹੈ ਬ੍ਰਹਮ ਕੁਮਾਰੀ ਵਿੱਚ। ਹੁਣ ਲੱਖਾਂ ਲੋਕ ਪਵਿੱਤਰਤਾ ਵੱਲ ਜਾ ਰਹੇ, ਉਹਦੇ ਵਿੱਚ ਹੁਣ ਤੁਸੀਂ ਲੈ ਲਓ ਮੈਰਿਡ ਲੋਕ ਵੀ ਹੈਗੇ ਹੈ, ਸਿੰਗਲ ਪੈਨਾ ਵੀ ਹੈਗੇ ਹੈ, ਭਰਾ ਵੀ ਹੈਗੇ ਹੈ, ਲੱਖਾਂ ਹੁਣ ਹੋ ਗਏ ਹੈ। ਹੁਣ ਇਹ ਕੋਈ ਅਜੀਬ ਗੱਲ ਨਹੀਂ ਮੰਨੀ ਜਾਂਦੀ, ਮੈਰਿਡ ਪਰਿਵਾਰ ਵੀ ਲੱਖਾਂ ਦੇ ਲੱਖਾਂ ਹੈਗੇ ਹੁਣ ਜਿਹਦੇ ਵਿੱਚ ਜਾ ਰਹੇ। ਸੋ ਉਹਨੂੰ ਇੱਕ ਬੜੀ ਨੋਰਮਲ ਗੱਲ ਇਸ ਕਰਕੇ ਮੰਨੀ ਜਾ ਰਹੀ ਹੈ ਕਿਉਂਕਿ ਜੀਵਨ ਕਿੰਝ ਜੀਣਾ ਹੈ ਮੈਰਿਡ ਲਾਈਫ ਵਿੱਚ, ਉਹ ਰਸਤਾ ਉਹਨਾਂ ਨੂੰ ਸਿਖਾਇਆ ਜਾ ਰਿਹਾ। ਅੱਛਾ, ਇਹ ਹੁਣ ਮੰਨ ਲਿਆ ਕਿ ਬ੍ਰਹਮਚਰਿਆ ਨਾਲ ਜ਼ਿੰਦਗੀ 'ਚ ਬਹੁਤ ਸਾਰੇ ਫਾਇਦੇ ਹੁੰਦੇ ਹੈ ਔਰ ਥੋਟਸ ਵੀ ਸਾਡੇ ਅਗਰ ਪਵਿੱਤਰ ਹੋਣਗੇ ਔਰ ਸਾਡਾ ਤਨ ਵੀ ਅਗਰ ਪਵਿੱਤਰ ਹੋਏਗਾ ਤਾਂ ਇਹਦੀ ਸਾਨੂੰ ਲੌਂਗ ਟਰਮ 'ਚ ਬਹੁਤ ਬੈਨੀਫਿਟਸ ਮਿਲਦੇ ਹੈ। ਲੇਕਿਨ ਫਿਰ ਵੀ ਲੋਕ ਬ੍ਰਹਮਚਰਿਆ ਕਿਉਂ ਨਹੀਂ ਅਪਣਾ ਰਹੇ ਹੈ? ਸਾਰਿਆਂ ਨੂੰ ਇਹ ਮੈਸੇਜ ਅੱਜ ਜੋ ਵੀ ਇੰਸਟੀਟਿਊਸ਼ਨ ਹੈ ਬ੍ਰਹਮਾ ਕੁਮਾਰੀ ਦਾ ਉਹ ਮੈਸੇਜ ਪਹੁੰਚਾ ਰਿਹਾ ਹੈ, ਗੋਡ ਦੇ ਜੋ ਵੀ ਮਹਾਂਵਾਕਿਆ ਨੇ ਉਹ ਸਾਰਿਆਂ ਨੂੰ ਦੱਸੇ ਜਾ ਰਹੇ ਨੇ, ਲੇਕਿਨ ਫਿਰ ਵੀ ਦੁਨੀਆ ਇਹਨੂੰ ਕਿਉਂ ਫੋਲੋ ਨਹੀਂ ਕਰ ਰਹੀ ਹੈ?
ਦੇਖੋ ਜਦ ਵੀ ਇਹ ਧਰਤੀ ਤੇ ਕੁਛ ਵੀ ਬਹੁਤ ਵਿਕਾਰੀ ਕੁਛ ਵੀ ਨੈਗੇਟਿਵ ਜਿੰਜ ਸਾਡੇ ਗੱਲ ਹੋਈ ਸੀ ਪਹਿਲੇ ਵੀ ਕਿ ਸਾਡੇ ਭਾਰਤ ਤੇ ਬ੍ਰਿਟਿਸ਼ ਨੇ ਰਾਜ ਕੀਤਾ ਸੀ ਕੁਛ ਲੋਕ ਉਹਨਾਂ ਨੇ ਆਪਣਾ ਜੀਵਨ ਆਪਣਾ ਪੂਰਾ ਸੁਤੰਤਰਤਾ ਵਾਸਤੇ ਦਿੱਤਾ ਸੀਗਾ ਤੁਸੀਂ ਹੁਣ ਵੀ ਦੇਖੋ ਜਿੰਜ ਅਭਿਆਨ ਚੱਲਦੇ ਹੈ ਫੋਰ ਐਗਜ਼ਾਮਪਲ ਮੋਦੀ ਜੀ ਨੇ ਅਭਿਆਨ ਚਲਾਇਆ ਸਫਾਈ ਦਾ ਬੜੇ ਲੋਕਾਂ ਨੇ ਕੀਤਾ ਬਟ ਕਿਆ ਸਾਰਿਆਂ ਨੇ ਕੀਤਾ ਨਹੀਂ ਕੀਤਾ ਸਭ ਨੂੰ ਪਤਾ ਹੈ ਹੁਣ ਵਰਲਡ ਵਿੱਚ ਇੰਨੀ ਜ਼ਿਆਦਾ ਇਨਵਾਇਰਮੈਂਟਲ ਪੋਲਿਊਸ਼ਨ ਹੋ ਗਈ ਹੈ ਸੋ ਐਨ ਜੀ ਓ ਇਹ ਅਭਿਆਨ ਚਲਾਉਂਦੀਆਂ ਕਿ ਜੀ ਤੁਸੀਂ ਜ਼ੀਰੋ ਅਰਥ ਜਿੰਜ ਕਿ ਤੁਸੀਂ 10 ਮਿੰਟ ਸਾਰੇ ਵਰਲਡ ਵਿੱਚ ਸਾਰਿਆਂ ਨੇ ਆਪਣੀ ਲਾਈਟ ਬੰਦ ਕਰਨੀ ਹੈ ਉਹਦੇ ਨਾਲ ਬਹੁਤ ਜ਼ਿਆਦਾ ਇੱਕ ਫਰਕ ਪਏਗਾ ਜਿੰਨੀ ਐਨਰਜੀ ਕੰਜ਼ੰਪਸ਼ਨ ਹੋ ਰਹੀ ਹੈ ਉਹਦੇ ਤੇ ਸੋ ਕੁਛ ਲੋਕਾਂ ਨੇ ਕੀਤਾ ਤੁਸੀਂ ਕੀਤਾ ਸੀ ਉਹ ਵਾਲਾ ਠੀਕ ਹੈ ਸਫਾਈ ਅਭਿਆਨ ਵਿੱਚ ਕੀਤਾ ਸੀਗਾ ਰਾਈਟ ਸੋ ਤੁਸੀਂ ਕੀਤਾ ਰਾਈਟ ਸੋ ਤੁਸੀਂ ਇੱਕ ਅਵੇਅਰ ਇਨਸਾਨ ਹੋ ਮਗਰ ਬਹੁਤ ਸਾਰੇ ਲੋਕਾਂ ਨੇ ਕੁਛ ਬੋਧਨ ਨਹੀਂ ਕੀਤਾ ਉਹ ਸਿਰਫ ਕਹਿੰਦੇ ਰਹੇ ਦੇਖਦੇ ਰਹੇ ਸੋ ਸਿਮਿਲਰਲੀ ਇਹ ਜੋ ਪਵਿੱਤਰਤਾ ਹੈ ਇਹ ਇੱਕ ਪਰਮਾਤਮਾ ਵੱਲੋਂ ਜੋ ਇੱਕ ਸਾਨੂੰ ਇੱਕ ਆਰਡੀਨੈਂਸ ਇੱਕ ਡਾਇਰੈਕਸ਼ਨ ਮਿਲਿਆ ਕਿ ਹੁਣ ਇਹ ਧਰਤੀ ਇੰਨੀ ਤਮੋ ਪ੍ਰਧਾਨ ਹੋ ਗਈ ਹੈ ਹੁਣ ਕੁਛ ਲੋਕਾਂ ਨੂੰ ਆਪਣੇ ਜੀਵਨ ਨੂੰ ਸਤੋ ਪ੍ਰਧਾਨ ਬਣਾ ਕੇ ਇਸ ਪੂਰੀ ਦੁਨੀਆਂ ਨੂੰ ਉਹ ਵਾਈਬ੍ਰੇਸ਼ਨ ਫੈਲਾਣੇ ਪੈਣਗੇ ਸੋ ਕੁਛ ਲੋਕਾਂ ਨੇ ਹੀ ਕਰਨਾ ਸਾਰਿਆਂ ਨੇ ਨਹੀਂ ਕਰਨਾ ਬਿਕੋਜ਼ ਇਹ ਨਿਯਮ ਹੈ ਹਰ ਇਨਸਾਨ ਅੱਛਾਈ ਵੱਲ ਜਾਂਦੇ ਹੈ ਕੁਛ ਇਨਸਾਨ ਜਾਂਦੇ ਹੈ ਕੁਛ ਬੈਠੇ ਰਹਿੰਦੇ ਕੁਛ ਨਹੀਂ ਕਰਦੇ ਤੁਹਾਡਾ ਬਹੁਤ ਬਹੁਤ ਸ਼ੁਕਰੀਆ ਸਾਹਿਲ ਭਾਈ ਸਾਹਿਬ ਅੱਜ ਦੀ ਪੂਰੀ ਚਰਚਾ ਲਈ ਓਮ ਸ਼ਾਂਤੀ ਓਮ ਸ਼ਾਂਤੀ ਦੋਸਤੋ ਅੱਜ ਗੱਲ ਕੀਤੀ ਅਸੀਂ ਪਵਿੱਤਰਤਾ ਦੀ ਬਹੁਤ ਹੀ ਅੱਛੇ ਤਰੀਕੇ ਨਾਲ ਸਾਹਿਲ ਭਾਈ ਸਾਹਿਬ ਨੇ ਸਾਨੂੰ ਦੱਸਿਆ ਕਿ ਕਿੰਨਾ ਜ਼ਰੂਰੀ ਹੈ ਸਾਡੇ ਵਿਚਾਰਾਂ ਨੂੰ ਵੀ ਪਵਿੱਤਰ ਕਰਨਾ ਕਿਤੇ ਨਾ ਕਿਤੇ ਉਹ ਜੋ ਪਲੈਨਿੰਗ ਅਸੀਂ ਕਰਦੇ ਰਹਿੰਦੇ ਹਾਂ ਉਹ ਪਲੈਨਿੰਗ ਜੋ ਹੈ ਉਹਨੂੰ ਹਟਾ ਕੇ ਆਪਣੇ ਜੀਵਨ ਨੂੰ ਥੋੜ੍ਹਾ ਸਰਲ ਕਰਨਾ ਪਏਗਾ ਆਪਣੇ ਵਿਚਾਰਾਂ 'ਚ ਪਵਿੱਤਰਤਾ ਲਿਆਉਣੀ ਪਏਗੀ ਸਿੰਪਲੀਸਿਟੀ ਨੂੰ ਅਪਣਾਉਣਾ ਪਏਗਾ ਔਰ ਵਿਚਾਰਾਂ ਦੇ ਨਾਲ ਨਾਲ ਸਾਨੂੰ ਸਾਡੇ ਤਨ ਦੀ ਪਵਿੱਤਰਤਾ ਦਾ ਵੀ ਧਿਆਨ ਰੱਖਣਾ ਹੈ ਔਰ ਜਦੋਂ ਮਨ ਔਰ ਤਨ ਦੋਵੇਂ ਪਵਿੱਤਰਤਾ ਹੁੰਦੀਆਂ ਤਾਂ ਸਾਡਾ ਪੂਰਾ ਜੋ ਕੰਸੈਂਟ੍ਰੇਸ਼ਨ ਹੈ ਉਹ ਸਤੋ ਪ੍ਰਧਾਨ ਦੀ ਤਰਫ ਚਲਾ ਜਾਂਦਾ ਹੈ ਔਰ ਜਦੋਂ ਸਾਡੀ ਆਤਮਾ ਸਤੋ ਪ੍ਰਧਾਨ ਬਣ ਜਾਂਦੀ ਹੈ ਤਾਂ ਅਸੀਂ ਆਟੋਮੈਟਿਕ ਪਰਮਾਤਮਾ ਦੇ ਕੋਲ ਚਲੇ ਜਾਂਦੇ ਹਾਂ ਅਗਰ ਇਹਦਾ ਛੋਟਾ ਜਿਹਾ ਅੰਸ਼ ਵੀ ਅਸੀਂ ਅਪਣਾ ਲਿਆ ਤਾਂ ਅਸੀਂ ਬਹੁਤ ਅੱਗੇ ਜਾ ਸਕਦੇ ਹਾਂ ਔਰ ਆਪਣੇ ਜੀਵਨ ਨੂੰ ਖੁਸ਼ਹਾਲ ਬਣਾ ਸਕਦੇ ਹਾਂ ਫਿਰ ਮਿਲਾਂਗੇ ਅਗਲੀ ਕੜੀ ਤਦ ਤੱਕ ਤੁਹਾਡੇ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਓਮ ਸ਼ਾਂਤੀ ਆਪਣੇ ਸੁਝਾਅ ਦੇਣ ਤੇ ਵਧੇਰੇ ਜਾਣਕਾਰੀ ਲਈ ਤੁਸੀਂ ਸੰਪਰਕ ਕਰ ਸਕਦੇ ਹੋ ਗੋਲਡੀਵੁੱਡ ਸਟੂਡੀਓ ਸ਼ਾਂਤੀਵਨ ਮੋਬਾਈਲ ਨੰਬਰ 8094994387 ਈਮੇਲ punjabi.gws@gmail.com ਸੱਚੇ ਦਿਲ ਤੇ ਸਾਹਿਬ ਰਾਜੀ ਹੁੰਦੇ ਨੇ ਨਈਆ ਜਗ ਦੀ ਉਹੀ ਪਾਰ ਲਗਾਉਂਦੇ ਨੇ Thank you.